ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਚੈਨਲ ਦੇ ਜ਼ਰੀਏ ਜੋ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਇਹ ਮਹਾਂਮਾਰੀ ਫੈਲੀ ਹੋਈ ਹੈ, ਜੋ ਕੋਰੋਨਾ ਵਾਇਰਸ ਤੋਂ ਲੋਕ ਡਰੇ ਹੋਏ ਹਨ, ਸਹਿਮੇ ਹੋਏ ਹਨ, ਜਿੱਥੇ ਤੁਸੀਂ ਇਹਦਾ ਖਿਆਲ ਰੱਖਣਾ ਹੈ ਘਰਾਂ ਦੇ ਵਿੱਚ ਬਹਿ ਕੇ, ਉੱਥੇ ਤੁਸੀਂ ਇਹ ਪ੍ਰਭੂ ਦੇ ਨਾਮ ਦੇ ਨਾਲ ਵੀ ਜੁੜੋ, ਬੰਦਗੀ ਕਰੋ, ਸਿਮਰਨ ਕਰੋ ਅਤੇ ਵਾਹਿਗੁਰੂ ਦਾ ਨਾਮ ਜਪੋ ਅਤੇ ਸਾਰੇ ਸੰਸਾਰ ਦੀ ਸੁੱਖ ਮੰਗੋ। ਜਿੱਥੇ ਦਵਾਈ ਕੰਮ ਕਰਦੀ ਉੱਥੇ ਦਵਾ ਵੀ ਕੰਮ ਕਰਦੀ ਹੈ। ਅਤੇ ਇਸ ਵਾਸਤੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮਕੀ ਫੰਦਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਸੁਲਹੀ ਅਤੇ ਨਾਰਾਇਣ ਰਾਖ, ਸੁਲਹੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਬੂਆ ਨਾ ਪਾਕ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਾਰੇ ਦੇਸ਼ਾਂ ਅਤੇ ਵਿਦੇਸ਼ਾਂ 'ਚ ਵਸਦੇ ਲੋਕ ਜਿਨ੍ਹਾਂ ਨੂੰ ਇਹ ਦੁੱਖ ਮੁਸੀਬਤ ਪੈ ਗਈ ਹੈ ਵੱਡੀ, ਸੱਚੇ ਪਾਤਸ਼ਾਹ ਉਹ ਦੁੱਖ ਕੱਟ ਦੇਣ, ਇਹ ਮੁਸੀਬਤ ਕੱਟ ਦੇਣ, ਅਤੇ ਜਿਨ੍ਹਾਂ ਨੂੰ ਰੋਜ਼ੀ ਰੋਟੀ ਦਾ ਫਿਕਰ ਪੈ ਗਿਆ ਹੈ, ਸੱਚੇ ਪਾਤਸ਼ਾਹ ਜੀ ਖੁਸ਼ਹਾਲੀ ਲਿਆਉਣ, ਸਾਰੇ ਸੰਸਾਰ ਵਿੱਚ ਸੰਸਾਰ ਭਰ ਵਿੱਚ ਤੰਦਰੁਸਤੀ ਦੇ ਰੋਗਤਾ ਦੀ ਦਾਤ ਬਖਸ਼ਿਸ਼ ਕਰਨ। ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕੋ ਦੀਨੀ ਆਪਣੀ ਸੇਵ, ਮਿਟਕੀ ਚਿੰਤ ਪੁੰਨੀ ਮਰਾਸਾ, ਕਰੀ ਦਿਆ ਸਤਿਗੁਰੂ ਗੁਣ ਤਾਸਾ, ਦੁੱਖ ਨਾਠੇ ਸੁੱਖ ਆਏ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।